ਜਦੋਂ ਦੀ ਪੰਜਾਬ ਸਰਕਾਰ ਵਿੱਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਿਧਾਨ ਸਭਾ ਹਲਕਾ ਖੇਮ ਕਰਨ ਵਿੱਚ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ। ਬਦਲਾ ਲਊ ਭਾਵਨਾ ਨਾਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਇਸ਼ਾਰਿਆਂ 'ਤੇ ਕਈ ਗੋਲੀ ਚਲਾਉਣ ਦੀਆਂ ਘਟਨਾਵਾਂ, ਜ਼ਮੀਨ 'ਤੇ ਕਬਜ਼ਿਆਂ ਦੀਆਂ ਘਟਨਾਵਾਂ ਅਤੇ ਪੁਲਿਸ ਦੇ ਜਬਰ ਜ਼ੁਲਮ ਦੀਆਂ ਘਟਨਾਵਾਂ ਜੋ ਕਿ ਅਕਸਰ ਹੀ ਇਸ ਹਲਕੇ ਵਿੱਚ ਵਾਪਰ ਰਹੀਆਂ ਹਨ, ਉਹਨਾਂ 'ਤੇ ਲਗਾਮ ਲਾਉਣ ਲਈ ਕੋਈ ਨਹੀਂ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਭਿੱਖੀ ਪਿੰਡ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਮਲਟਵਾ। ਉਹ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਗੋਲੀਬਾਰੀ ਵਾਲੀ, ਲੜਾਈ ਵਾਲੀ, ਝਗੜੇ ਵਾਲੀ, ਦਿੱਕਤਾਂ ਵਾਲੀ ਹੋ ਗਈ। ਔਰ ਕੱਲ੍ਹ ਜਿਹੜੀ ਘਟਨਾ ਮਾੜੀ ਕੰਬੋ ਕੇ ਪਿੰਡ 'ਚ ਵਾਪਰੀ ਹੈ, ਕਾਂਗਰਸੀ ਨੇ ਅਕਾਲੀ ਵਰਕਰਾਂ ਦੇ ਉੱਤੇ ਜਿਸ ਤਰ੍ਹਾਂ ਧਾਵਾ ਬੋਲਿਆ, ਜਿਸ ਤਰ੍ਹਾਂ ਗੋਲੀ ਚਲਾਈ ਗਈ ਹੈ, ਇਹੋ ਜਿਹੀ ਮੇਰਾ ਖਿਆਲ ਸ਼ਾਇਦ ਅਸੀਂ ਬਿਹਾਰ ਵਗੈਰਾ ਜਾਂ ਯੂਪੀ ਵਰਗੇ ਜਿਹੜੇ ਪੁਰਾਣਾ ਜਦੋਂ ਸੁਣਦੇ ਸੀ ਉੱਥੇ ਬਦਮਾਸ਼ੀਆਂ ਚੱਲਦੀਆਂ ਨੇ, ਉੱਥੇ ਅਸੀਂ ਸੁਣਦੇ ਰਹੇ। ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਪੰਜਾਬ 'ਚ ਅਮਨ ਕਾਨੂੰਨ, ਵਧੀਆ ਪ੍ਰਸ਼ਾਸਨ ਦੇਣ ਦੇ ਨਾਂ 'ਤੇ ਵੋਟਾਂ ਲੈ ਕੇ ਸਰਕਾਰ ਬਣਾਈ ਸੀ। ਅਮਨ ਕਾਨੂੰਨ 'ਤੇ ਖੰਭ ਲਾ ਕੇ ਉੱਡ ਗਿਆ ਅਤੇ ਉਡਾਇਆ ਕਿਹਨੇ? ਜੋ ਕੁਛ ਇਸ ਹਲਕੇ 'ਚ ਵਾਪਰ ਰਿਹਾ ਹੈ ਉਹ ਮੌਜੂਦਾ ਵਿਧਾਇਕ ਲੱਗਣ ਵਾਸਤੇ ਕੋਈ ਤਿਆਰੀ ਨਹੀਂ। ਪੰਜਾਬ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਜਿੱਥੇ ਲੋਕਾਂ ਦੇ ਉੱਤੇ ਅਤੇ ਖਾਸ ਕਰਕੇ ਅਕਾਲੀ ਵਰਕਰਾਂ ਦੇ ਉੱਤੇ ਜਾਤੀਆਂ ਨਹੀਂ ਹੋ ਰਹੀ। ਔਰ ਇਹੋ ਜਿਹੇ ਹਾਲਾਤ ਬਣੇ ਪਏ ਨੇ ਕਿ ਜੇ ਇਹਨੂੰ ਜੰਗਲ ਰਾਜ ਕਹਿ ਦਈਏ ਤਾਂ ਉਹ ਵੀ ਕੋਈ ਝੂਠ ਨਹੀਂ। ਜੰਗਲ ਰਾਜ ਵਾਲਾ ਬਣਿਆ ਫਿਰਦਾ, ਲੋਕ ਆਪਣੀ ਜਾਨ ਬਚਾਉਂਦੇ ਫਿਰਦੇ ਨੇ ਇਹੋ ਜਿਹੇ 4 ਮਹੀਨਿਆਂ ਦੇ ਵਿੱਚ ਹੀ। ਔਰ ਐਡੀ ਛੇਤੀ ਕੋਈ ਵੀ ਸਰਕਾਰ ਲੋਕਾਂ ਦੇ ਮਨੋਂ ਲੱਥ ਨਹੀਂ ਵੇਖੀ ਜਿੱਡੀ ਛੇਤੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਕਾਂਗਰਸ ਸਰਕਾਰ ਲੱਥੀ ਹੈ ਅਤੇ ਲੱਥੀ ਇਸੇ ਕਰਕੇ ਲੋਕਾਂ ਨੂੰ ਦੇਣਾ ਅਤੇ ਕਿਸੇ ਲੋਕਾਂ ਦਾ ਜਿਉਣਾ ਜਿਹੜਾ ਮੁਸ਼ਕਲ ਕਰ ਦਿੰਦਾ।